ਦੀਆਂ ਸਾਰੀਆਂ ਸੋਹਣੀਆਂ ਪਰ ਤੇਰਾ ਕੀ ਕਹਿਣਾ ਹੋ ਰੱਤੀ ਤੇਰੀ ਰੱਤੀ ਤੇਰੀ ਰੱਤੀ ਤੇਰੀ ਤੇ ਢੋਲ ਮੇਰੇ ਆਲੂੰਗੀ ਓਏ था, मन से थोड़ा मोजी था विक्रम बत्रा नाम था उसका भारत का वो फौजी था थोड़ी दिनों के बाद जब उसने माँ का धन्य पाया था चिट्ठी लेकर कोई आया था ਮੈਨੂੰ ਸੁੱਟ ਦੇਣਾ ਭਾਈ ਭਾਈ ਵੇਲਿਆ ਤੁਹਾਨੂੰ ਚਲੋ ਸਾਡੇ ਚੀਫ ਗੈਸਟ ਦੇ ਮਾਮੋਰੂ ਮਿਊਰਾ ਜੀ ਜਿਹੜੇ ਕਿ ਕੋਚ ਨੇ ਜੈਪਨੀਜ਼ ਤੋਂ ਉਹਨਾਂ ਦੇ ਨਾਲ ਸ਼੍ਰੀ ਅਰੁਣ ਭੱਲਾ ਜੀ ਜਨਰਲ ਸੈਕਟਰੀ ਇੰਡੋ ਜਪਾਨ ਐਸੋਸੀਏਸ਼ਨ ਔਰ ਉਹਨਾਂ ਦਾ ਵੈਲਕਮ ਸ਼੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਗੌਰਮੈਂਟ ਸੀਨੀਅਰ ਸੈਕੰਡਰੀ ਸਮਾਲ ਸਕੂਲ ਛਾਟਾ ਦੁਆਰਾ ਕੀਤਾ ਗਿਆ ਉਹਨਾਂ ਦੇ ਨਾਲ ਸਾਡੇ ਕੋਲ ਅੱਜ ਪਹੁੰਚੇ ਨੇ ਹਿਊਮਨ ਰਾਈਟਸ ਕਮਿਸ਼ਨ 'ਚੋਂ ਹਰੀਸ਼ ਜੀ ਪ੍ਰੈਜੀਡੈਂਟ ਸ਼੍ਰੀ ਹਰਿੰਦਰਪਾਲ ਨਾਰੰਗ ਜੀ ਜਿਹੜੇ ਕਿ ਮਾਤਾ ਗੁਜਰੀ ਵੈਲਫੇਅਰ ਸੁਸਾਇਟੀ ਵਿੱਚ ਲਾਉਂਦੇ ਨੇ ਬੱਚਿਆਂ ਨੂੰ ਬੈਗਸ ਹੋਰ ਸਮਾਨ ਦਿੰਦੇ ਨੇ ਲੋੜਵੰਦਾਂ ਨੂੰ ਉਹਨਾਂ ਦੇ ਨਾਲ ਹੀ ਸ਼੍ਰੀਮਤੀ ਭੁਪਿੰਦਰ ਕੌਰ ਪ੍ਰੈਜੀਡੈਂਟ ਨਾਮਧਾਰੀ ਇਸਤਰੀ ਵਿੰਗ ਵੁਮੈਨ ਸੈੱਲ ਦੇ ਨੇ ਔਰ ਉਹਨਾਂ ਦੀ ਪੂਰੀ ਟੀਮ ਸ਼੍ਰੀ ਜਸਵੰਤ ਰਾਏ ਜੀ ਜਿਹੜੇ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਕੋਲ ਇਹ ਸਕੂਲ ਜਿਹੜਾ ਬੱਚਿਆਂ ਦਾ ਚਲਾ ਰਹੇ ਨੇ ਆਊਟ ਆਫ ਸਕੂਲ ਚਿਲਡਰਨ ਜਿਹੜੇ ਨੇ ਉਹਨਾਂ ਲਈ ਇੱਕ ਸਕੂਲ ਜਿਸ ਤਰ੍ਹਾਂ ਸਾਹਮਣੇ ਬਾਲ ਪ੍ਰੇਰਨਾ ਕੇਂਦਰ ਦੇ ਨਾਂ 'ਤੇ ਚਲਾਇਆ ਜਾ ਰਿਹਾ ਔਰ ਨਾਮ ਸੀ ਔਨ ਦਾ ਬਿਹਾਫ ਆਫ ਪ੍ਰਿੰਸੀਪਲ ਮੈਡਮ ਮਨਮੀਤ ਕੌਰ ਵੀ ਵੈਲਕਮ ਚੀਫ ਗੈਸਟ ਦੇ ਆਰ ਕਮਿੰਗ ਫਰਾਮ ਜਾਪਾਨ ਬਹੁਤ ਲੌਂਗ ਡਿਸਟੈਂਸ ਕਵਰ ਕਰਕੇ ਆਏ ਆ ਸੋ ਅਸੀਂ ਉਹਨਾਂ ਦੇ ਇੱਥੇ ਪਹੁੰਚੇ 'ਤੇ ਧੰਨਵਾਦ ਕਰਦੇ ਹਾਂ ਔਰ ਸਾਰੇ ਬੱਚੇ ਨੇ ਹਰੇਕ ਗੇਮ 'ਚ ਪਾਰਟੀਸਪੇਟ ਕੀਤਾ ਇੱਕ ਕਲੈਪਿੰਗ ਬੱਚਿਆਂ ਲਈ ਮੈਂ ਪ੍ਰਾਹੁਣਾ ਨੂੰ ਬੇਨਤੀ ਕਰਾਂਗਾ ਕਿ ਕਲੈਪਿੰਗ ਕਰਨ ਹੁਣ ਸਭ ਤੋਂ ਜਿਹੜੇ ਬੱਚੇ ਸੈਂਟਰ ਵਾਈਜ਼ ਸਾਡੇ ਕੋਲ ਆ ਜਾਣ ਵੈਸੇ ਤਾਂ ਸਾਰੇ ਬੱਚਿਆਂ ਦੀ ਪਰਫੋਰਮੈਂਸ ਬਹੁਤ ਵਧੀਆ ਸੀ ਪਰ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਏ ਨੇ ਉਹਨਾਂ ਦਾ ਨਾਂ ਜਿਹੜੇ ਆ ਸ਼੍ਰੀ ਜਸਵੰਤ ਰਾਏ ਜੀ ਅਨਾਊਂਸ ਕਰਨਗੇ ਉਹ ਬੱਚੇ ਦਵਾ ਦਾ ਬੇਟਾ ਆਣ ਕੇ ਆਪਣਾ ਜਿਹੜਾ ਪ੍ਰਾਈਜ਼ ਆ ਚੀਫ ਗੈਸਟ ਤੋਂ ਲੈਣਾ ਕਿਉਂਕਿ ਟਾਈਮ ਦੀ ਥੋੜ੍ਹੀ ਕਮੀ ਆ ਜਲਦੀ ਜਲਦੀ ਆਪਾਂ ਰਿਫਰੈਸ਼ਮੈਂਟ ਉਸ ਤੋਂ ਬਾਅਦ ਡਿਸਟ੍ਰੀਬਿਊਟ ਕੀਤੀ ਜਾਏਗੀ ਸਭ ਤੋਂ ਪਹਿਲਾਂ ਪ੍ਰਾਈਜ਼ ਡਿਸਟ੍ਰੀਬਿਊਸ਼ਨ ਥੈਂਕ ਯੂ 200 ਮੀਟਰ ਦੀ ਦੌੜ ਦੇ ਵਿੱਚ ਬੱਚੇ ਜਿਹੜੇ ਫਸਟ ਆਏ ਆ ਲੜਕੀਆਂ ਦੇ ਵਿੱਚੋਂ ਤੇ ਬੇਟੇ ਜਲਦੀ ਜਲਦੀ ਆ ਜਾਓ ਪਹਿਲਾਂ ਮਿਸਟੀ ਅੰਜਲੀ ਔਰ ਮੀਨਾਕਸ਼ੀ ਜਿਹੜੇ 200 ਮੀਟਰ ਦੀ ਦੌੜ ਦੇ ਵਿੱਚੋਂ ਬੱਚੇ ਫਸਟ ਆਏ ਸੀ ਫਸਟ ਸੈਕਿੰਡ ਔਰ ਥਰਡ ਮਿਸਟੀ ਅੰਜਲੀ ਔਰ ਮੀਨਾਕਸ਼ੀ ਬੋਆਇਜ਼ ਸਿਕੰਦਰ ਇਸ ਤੋਂ ਬਾਅਦ ਇਹ ਤਿੰਨੇ ਤਿਆਰ ਇਹ ਬੱਚੇ ਮਿਸਟੀ ਫਸਟ ਇਸ ਤੋਂ ਬਾਅਦ 200 ਮੀਟਰ ਗਰਲਸ ਇਸ ਤੋਂ ਅੱਗੇ ਰੋਬਿਨ ਮਿਸਟੀ ਔਰ ਜਾਨਵੀ ਚਾਰੇ ਜਲੀ ਮੀਨਾਕਸ਼ੀ ਮਿਸਟੀ ਔਰ ਜਾਨਵੀ ਬੇਟੇ ਉੱਥੇ ਖੜੇ ਹੋ ਜਾਣਾ ਸਭ ਤੋਂ ਪਹਿਲਾਂ ਬਾਅਦ ਦੇ ਵਿੱਚ ਇੱਥੇ ਆਉਣਾ
ਸੋ ਮਸਕਾਨ ਲੱਗਣ ਮਿਰਾਕਸ਼ੀ ਇਸ ਤੋਂ ਅੱਗੇ ਤਿੰਨੇ ਬੱਚੇ ਤਿਆਰ ਆ ਮੁਸਕਾਨ ਲਕਸ਼ਮੀ ਔਰ ਰੀਮਾ ਔਰ ਇਹਨਾਂ ਵਿੱਚੋਂ ਇੰਚ ਦੀ ਆਓ ਬੇਟੇ ਅੱਗੇ ਚਾਰ ਕਿਉਂਕਿ ਫਸਟ ਪੋਜੀਸ਼ਨ ਦੋਨਾਂ ਦੀ ਆ ਮਿਥਨ ਔਰ ਰਾਹੁਲ ਦੀ ਸੈਕਿੰਡ ਔਰ ਦੂਸਰਾ ਅੰਜਲੀ ਬਾਅਦ ਚ ਲਾਈਨ ਬਣਾ ਕੇ ਆ ਜਾਣ ਟਾਈਮ ਕੱਢ ਕੇ ਸਾਡੇ ਕੋਲ ਆਏ ਨੇ ਔਰ ਖਾਸ ਤੌਰ ਤੇ ਆਪਣੇ ਸ਼ਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਫਿਰ ਵੀ ਜਿਹੜੇ ਸੇਵਾ ਦਾ ਕੰਮ ਕਰਦੇ ਨੇ ਬਹੁਤ ਬਹੁਤ ਧੰਨਵਾਦ ਔਰ ਸ਼੍ਰੀ ਅਰੁਣ ਭੱਲਾ ਜੀ ਬੇਟਾ ਕਲੈਪਿੰਗ ਇਹਨਾਂ ਦੇ ਉਦਮ ਸਦਕਾ ਅੱਜ ਜਿਹੜਾ ਅੱਜ ਆਪਾਂ ਬੱਚਿਆਂ ਦੇ ਮੁਕਾਬਲੇ ਕਰਵਾ ਸਕੇ ਹਾਂ ਮੈਡਮ ਭੁਪਿੰਦਰ ਕੌਰ ਜੀ ਇਹਨਾਂ ਨੂੰ ਧੰਨਵਾਦ ਕਲੈਪਿੰਗ ਬੇਟਾ ਸਾਰੇ ਬੱਚਿਆਂ ਵੱਲੋਂ ਇਹਨਾਂ ਲਈ ਸ਼੍ਰੀ ਹਰੀਸ਼ ਜੀ ਜਿਹੜੇ ਕਿ ਪ੍ਰੈਜ਼ੀਡੈਂਟ ਹਿਊਮਨ ਰਾਈਟਸ ਕਮਿਸ਼ਨ ਦੇ ਉਹਨਾਂ ਨੂੰ ਸਨਮਾਨਿਤ ਕਰਨਗੇ ਸਾਡੇ ਚੀਫ ਗੈਸਟ ਜੀ ਸੋ ਮੈਂ ਬੇਨਤੀ ਕਰਾਂਗਾ ਨਾਲ ਸੰਸਥਾ ਦੇ ਮੈਂਬਰ ਪਲੀਜ਼ ਆ ਜਾਣ ਸਾਰੀ ਗਰੁੱਪ ਫੋਟੋ ਹੋ ਜਾਏਗੀ ਸੋ ਸਾਰੀ ਸੰਸਥਾ ਦੇ ਮੈਂਬਰ ਪਲੀਜ਼ ਆਏ ਹੋਏ ਨੇ ਇਹਨਾਂ ਤੋਂ ਬਾਅਦ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਕਿਉਂਕਿ ਇਹਨਾਂ ਨੇ ਬੇਟਾ ਬਹੁਤ ਸਾਰੇ ਸਕੂਲਾਂ ਦੇ ਸਕੂਲ ਬੈਗ ਕਾਪੀਆਂ ਕਿਤਾਬਾਂ ਬਹੁਤ ਸਾਰਾ ਪੱਖੇ ਸਾਡੇ ਸਕੂਲ ਹਰਿੰਦਰਪਾਲ ਸਿੰਘ ਜੀ ਨਾਰੰਗ ਸ਼੍ਰੀ ਹਰੀਸ਼ ਜੀ ਬੇਟਾ ਹਿਊਮਨ ਰਾਈਟਸ ਕਮਿਸ਼ਨ ਦੇ ਪ੍ਰੈਜ਼ੀਡੈਂਟ ਨੇ ਕਲੈਪਿੰਗ ਕਰੋ ਸ਼੍ਰੀ ਹਰੀਸ਼ ਜੀ ਮੈਡਮ ਜਿਹੜਾ ਤੁਹਾਨੂੰ ਪ੍ਰਾਈਜ਼ ਮਿਲਿਆ ਦੋ ਮਿੰਟ ਰੱਖ ਲਓ ਕਲੈਪਿੰਗ ਜ਼ੋਰ ਦੀ ਹੋਣੀ ਚਾਹੀਦੀ ਹੈ ਸ਼੍ਰੀ ਹਰੀਸ਼ ਜੀ ਪ੍ਰੈਜ਼ੀਡੈਂਟ ਇਸ ਤੋਂ ਬਾਅਦ ਸ਼੍ਰੀ ਹਰਿੰਦਰਪਾਲ ਜੀ ਨਾਰੰਗ ਜਿਹੜੇ ਕਿ ਮਾਤਾ ਆਣਵੀ ਨੇ ਅਤੇ ਨਾਲ ਹਿਊਮਨ ਰਾਈਟਸ ਦੇ ਵਿੱਚ ਵੀ ਕੰਮ ਕਰਦੇ ਨੇ ਔਰ ਸਾਡੇ ਸਕੂਲ ਲਈ ਬਹੁਤ ਉਹਨਾਂ ਦਾ ਯੋਗਦਾਨ ਆ ਜਸਵੰਤ ਰਾਏ ਨਾਲ ਪ੍ਰੇਰਨਾ ਕੇਂਦਰ ਛਿਆਟਾ ਚਲਾ ਰਹੇ ਨੇ ਔਰ ਲਗਭਗ 1997 ਤੋਂ ਇਹ ਸੈਂਟਰ ਚੱਲ ਰਿਹਾ ਆ ਔਰ ਬਿਨਾਂ ਕਿਸੇ ਮਾਈਕ ਮਦਦ ਤੋਂ ਇਹ ਸਮਾਜ ਦੇ ਸੇਵਾ ਜਿਹੜੀ ਕਰ ਰਹੇ ਨੇ ਸੋ ਇੱਕ ਕਲੈਪਿੰਗ ਸ਼੍ਰੀ ਜਸਵੰਤ ਰਾਏ ਜੀ ਬਾਰੇ ਬਹੁਤ ਬਹੁਤ ਧੰਨਵਾਦ ਸਰਦਾਰ ਸੁਖਪਾਲ ਸਿੰਘ ਜੀ ਐਨ ਸੀ ਸੀ ਆਫਿਸਰ ਔਰ ਸਾਡੇ ਐਸ ਐਸ ਟੀਚਰ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਛਿਆਟਾ ਔਰ ਸਾਰੇ ਹੀ ਇਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ ਔਰ ਅੱਜ ਦੇ ਪ੍ਰੋਗਰਾਮ ਨੂੰ ਮਿਲਾਉਣ ਵਾਸਤੇ ਇਹ ਸਾਰੀਆਂ ਸੰਸਥਾਵਾਂ ਇਕੱਠੀਆਂ ਕਰਨ ਵਾਸਤੇ ਸਭ ਤੋਂ ਵੱਡਾ ਯੋਗਦਾਨ ਸੋ ਬਹੁਤ ਬਹੁਤ ਇਹਨਾਂ ਦਾ ਕਰਕੇ ਆਪਾਂ ਜਿਹੜਾ ਘਰ ਤੋਂ ਟਾਈਮ ਕੱਢ ਕੇ ਥੋੜ੍ਹੀ ਸੇਵਾ ਕਰ ਸਕਦੇ ਹਾਂ ਸੋ ਇੱਕ ਬੇਟਾ ਕਲੈਪਿੰਗ ਸਾਡੇ ਮੈਡਮ ਮੇਰੇ ਘਰ ਦੀ ਰਹੀ ਸਤਿੰਦਰ ਕੌਰ ਕੌਰ ਜੀ ਜਿਹੜੇ ਕਿ ਬਾਲ ਮਜ਼ਦੂਰ ਨੂੰ ਪੜ੍ਹਾ ਰਹੇ ਨੇ ਸੰਸਥਾ ਨੂੰ ਔਰ ਇਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਪ੍ਰਾਹੁਣਿਆਂ ਨੂੰ ਕਿ ਪਲੀਜ਼ ਦੋ ਮਿੰਟ ਬੈਠਣਗੇ ਕਿਉਂਕਿ ਇੱਕ ਲੜਕੀ ਦਾ ਗੀਤ ਹੈ ਉਹਨੇ ਚਿਰ ਆਪਾਂ ਚਾਹ ਪੀਵਾਂਗੇ ਸਭ ਕੁਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਪਲ ਜਾਈ ਜੀਓ ਸਭ ਕੁਛ ਤੂੰ